सत श्री अकाल, स्वागत है तुहाडा सारिया दा NRI वर्ल्ड दे विच। मैं हरुपिंदर कौर। कैनेडा विच कोविड 19 केसिस दा आंकड़ा 1 लाख तो उपर है, पर इस दे नाल ही 60,000 दे करीब रिकवरीज भी हो चुकिया ने। कोविड 19 अपडेट्स तो अलावा होर की कुछ है खास, ऐसे ते रहेगी नज़र अज NRI वर्ल्ड दे विच। ओंटेरियो सूबे वालों ग्रैजुअली रीओपनिंग की जा रही है, ते नाल ही बीते दिन एजुकेशन मिनिस्टर स्टीवन लेचे वालों सितंबर के महीने विच स्कूल्स नूं खोले जाण संबंधी ऐलान भी किया गया सी, ते इस दे लई वक-वक स्कूल बोर्ड्स वालों रीओपनिंग का प्लान भी मंगया गया है। हाल ही विच पील डिस्ट्रिक्ट स्कूल बोर्ड वालों पेरेंट्स नूं रिटर्न टू स्कूल सर्वे भेजा गया है। की है सर्वे, इस संबंधी गलबात करने लई साडे नाल जुड़ रहे ने PDSP दे स्कूल ट्रस्टी बलबीर सोही। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ PDC ਦੇ ਵਿੱਚ। ਥੈਂਕ ਯੂ ਜੀ, ਤੇ PDC ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਲਬੀਰ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਹਾਲ ਹੀ ਵਿੱਚ ਪੇਰੈਂਟਸ ਨੂੰ ਇੱਕ ਸਰਵੇ ਭੇਜਿਆ ਗਿਆ ਹੈ, ਰਿਟਰਨ ਟੂ ਸਕੂਲ ਸਰਵੇ ਜੋ PDSB ਵੱਲੋਂ ਭੇਜਿਆ ਗਿਆ ਹੈ, ਪੇਰੈਂਟਸ ਨੇ ਫਿਲ ਕਰਨਾ ਹੈ, ਤੇ ਇਹ ਦੱਸਣਾ ਹੈ ਕਿ ਉਹ ਕਿੰਨਾ ਸੇਫ, ਉਹ ਕਿੰਨਾ ਮੰਨਦੇ ਨੇ ਕਿ ਬੱਚਿਆਂ ਨੂੰ ਸਕੂਲ ਭੇਜਣਾ ਸੇਫ ਹੋਏਗਾ। ਕਿਸ ਤਰ੍ਹਾਂ ਦਾ ਹੈਗਾ ਹੈ ਪੂਰਾ 14 ਪੇਜ ਦਾ ਸਰਵੇ, ਤੇ ਕਿਉਂ ਜ਼ਰੂਰੀ ਹੈਗਾ ਪੇਰੈਂਟਸ ਨੂੰ ਫਿਲ ਕਰਨ ਦੇ ਲਈ? ਦੇਖੋ ਜੀ, ਜਿੰਨੇ ਵੀ ਅਸੀਂ ਸਕੂਲਾਂ ਦੇ ਵਿੱਚ ਕੰਮ ਕਰਦੇ ਹਾਂ ਉਹਦੇ ਵਿੱਚ ਪੇਰੈਂਟਸ ਦੀ ਜਿਹੜੀ ਇਨਪੁਟ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਹੈ। ਇਸੇ ਕਰਕੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਵੇ ਜਿਹੜਾ ਭੇਜਿਆ ਗਿਆ ਹੈਗਾ, ਬਿਕਾਜ਼ ਅਸੀਂ ਪੇਰੈਂਟਸ ਤੋਂ ਜਾਣਨਾ ਚਾਹੁੰਦੇ ਹਾਂ ਕਿ ਉਹ ਕਿੰਨਾ ਕੁ ਸੇਫ ਫੀਲ ਕਰ ਰਹੇ ਨੇ ਜਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਵੱਲ ਉਹ ਜ਼ਿਆਦਾ ਧਿਆਨ ਦੇਣਾ ਚਾਹੁੰਦੇ ਨੇ, ਉਹ ਕੀ ਦੇਖਣਾ ਮੰਗਦੇ ਨੇ ਸਕੂਲਾਂ ਦੇ ਵਿੱਚ। ਸੋ ਇਸ ਕਰਕੇ ਜਿਹੜਾ ਸਰਵੇ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਮੈਂ ਸਾਰੇ ਪੇਰੈਂਟਸ ਨੂੰ ਬੇਨਤੀ ਕਰਦੀ ਹਾਂ ਕਿ ਪਲੀਜ਼ ਥੋੜ੍ਹਾ ਜਿਹਾ ਟਾਈਮ ਲੱਗੇਗਾ, ਇਸ ਸਰਵੇ ਨੂੰ ਜ਼ਰੂਰ ਭਰੋ, ਕਿਉਂਕਿ ਤੁਹਾਡੀ ਜਿਹੜੀ ਆਵਾਜ਼ ਹੈ ਜਦੋਂ ਸਾਡੇ ਤੱਕ ਇੱਕ ਰਿਪੋਰਟ ਦੇ ਵਿੱਚ ਪਹੁੰਚੇਗੀ ਕਿ ਕਿੰਨੇ ਪਰਸੈਂਟ ਪੇਰੈਂਟਸ ਜਿਹੜੇ ਹੈਗੇ ਨੇ ਉਹ ਕੀ ਚਾਹੁੰਦੇ ਹੈਗੇ ਨੇ, ਕੀ ਉਹ ਸੇਫ ਫੀਲ ਕਰ ਰਹੇ ਹੈਗੇ ਨੇ, ਕਿ ਅਗਰ ਅਸੀਂ ਪਲਾਨ ਕਰ ਰਹੇ ਹੈਗੇ ਹਾਂ ਕਿ ਸਕੂਲਾਂ ਨੂੰ ਅਸੀਂ ਖੋਲ੍ਹਣਾ ਹੈ ਅਤੇ ਕਿਸ ਤਰ੍ਹਾਂ ਨਾਲ ਖੋਲ੍ਹਣਾ ਹੈ, ਅਤੇ ਕਿੰਨੇ ਪੇਰੈਂਟਸ ਨੇ ਜਿਹੜੇ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜਣਗੇ, ਉਹ ਸਾਡੇ ਲਈ ਜਾਣਨਾ ਅਤੇ ਪਲੈਨਿੰਗ ਦੇ ਲਈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਪਲੀਜ਼ ਜਿਹੜਾ ਇਹ ਸਰਵੇ ਉਹ ਜ਼ਰੂਰ ਭਰੋ ਜੀ। ਜਿਵੇਂ ਅਸੀਂ ਦੇਖਿਆ ਸੀ ਐਜੂਕੇਸ਼ਨ ਮਿਨਿਸਟਰ ਸਟੀਵਨ ਲੈਚੇ ਨੇ ਜਦੋਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਸੀ, ਤਾਂ ਉਹਨਾਂ ਵੱਲੋਂ ਬੋਰਡਸ ਨੂੰ 3 ਕੈਟੇਗਰੀਜ਼ ਦਿੱਤੀਆਂ ਗਈਆਂ ਸੀ ਕਿ ਆਨਲਾਈਨ ਸਕੂਲਿੰਗ ਹੋਏ, ਇਨ ਕਲਾਸਰੂਮ ਸਕੂਲਿੰਗ ਹੋਏ, ਜਾਂ ਫਿਰ ਦੋਵੇਂ ਹੋਣ, ਅਤੇ ਬੋਰਡਸ ਨੇ ਹੁਣ ਪਲਾਨ ਤਿਆਰ ਕਰਨਾ ਹੈ ਕਿ ਕਿਸ ਤਰ੍ਹਾਂ ਸੇਫਲੀ ਰੀਓਪਨਿੰਗ ਹੋ ਸਕਦੀ ਹੈ ਸਕੂਲਸ ਦੀ। ਤਾਂ ਖਾਸ ਤੌਰ 'ਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਗੱਲ ਕਰੀਏ, ਤਾਂ ਸਿਰਫ ਇੱਕ ਇਹੀ ਸਰਵੇ ਹੋਏਗਾ ਜਾਂ ਫਿਰ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਸਰਵੇ ਵੀ ਦਿੱਤੇ ਜਾਣਗੇ ਪੇਰੈਂਟਸ ਦੇ ਲਈ? ਸੋ ਰਾਈਟ ਨਾਓ ਇਹੀ ਇੱਕ ਸਰਵੇ ਹੈ ਜਿਹਦੇ ਵਿੱਚ ਪੇਰੈਂਟਸ ਤਿੰਨੋਂ ਚੀਜ਼ਾਂ ਦੀ ਗੱਲ ਕਰ ਸਕਦੇ ਹੈਗੇ ਨੇ ਕਿ ਉਹ ਬੱਚਿਆਂ ਨੂੰ ਸਕੂਲ ਭੇਜਣਗੇ ਜਾਂ ਬੱਚਿਆਂ ਨੂੰ ਸਕੂਲ ਨਹੀਂ ਭੇਜਣਗੇ। ਅਗਰ ਉਹ ਭੇਜਣਗੇ ਕਿ ਉਹ ਸੋਚਦੇ ਨੇ ਕਿ ਉਹ ਬੱਚਿਆਂ ਨੂੰ ਸਿਰਫ 3 ਦਿਨ ਦੇ ਲਈ ਸਕੂਲ ਭੇਜਣ ਜਾਂ 2 ਦਿਨ ਦੇ ਲਈ ਸਕੂਲ ਭੇਜਣ ਅਤੇ ਇੱਕ ਛੋਟੇ ਗਰੁੱਪ ਦੇ ਵਿੱਚ ਭੇਜਣ ਤਾਂ ਜੋ ਪਬਲਿਕ ਹੈਲਥ ਦੇ ਲਈ ਇਹ ਬੜਾ ਸੌਖਾ ਹੋਵੇ, ਅਗਰ ਉਹਨਾਂ ਨੇ ਟਰੇਸ ਕਰਨਾ ਹੋਵੇ ਕਿ ਕਿਸੇ ਬੱਚੇ ਨੂੰ ਅਗਰ ਹੈਗਾ ਤਾਂ ਉਹ ਕਿਹਦੇ ਕਿਹਦੇ ਕੰਟੈਕਟ ਦੇ ਵਿੱਚ ਆਇਆ। ਬਾਕੀ ਇਹ ਬੜੀਆਂ ਅਨਪ੍ਰੈਜੀਡੈਂਟਡ ਟਾਈਮ ਹੈਗਾ ਜਿਹਦੇ ਵਿੱਚ ਅਸੀਂ ਕੁਛ ਵੀ ਨਹੀਂ ਕਹਿ ਸਕਦੇ ਕਿ ਅਗਲੇ ਜਿਹੜੇ ਆਉਣ ਵਾਲੇ ਮਹੀਨੇ ਨੇ ਉਹ ਕਿਸ ਤਰ੍ਹਾਂ ਦੇ ਹੋਣਗੇ। ਅਸੀਂ ਇੱਕ ਪਲੈਨਿੰਗ ਕਰਨੀ ਹੈ ਅਤੇ ਇਸ ਸਰਵੇ ਦੇ ਦੌਰਾਨ ਇਸਦੇ ਜਿਹੜੇ ਰਿਜ਼ਲਟਸ ਨੇ ਉਹ ਸਾਨੂੰ ਉਸ ਪਲੈਨਿੰਗ ਵੱਲ ਨੂੰ ਤੋਰਨਗੇ ਕਿ ਜਿਹੜੇ ਪੇਰੈਂਟਸ ਨੇ ਉਹ ਕੀ ਫੀਲ ਕਰ ਰਹੇ ਨੇ। ਐਬਸੋਲੂਟਲੀ ਜਿਹੜੀ ਇਹ ਪਲੈਨਿੰਗ ਹੈ ਪਬਲਿਕ ਹੈਲਥ ਦੇ ਜਿਹੜੇ ਆਫੀਸਰਸ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਮੱਦੇ ਨਜ਼ਰ ਕਰਕੇ ਰੱਖ ਕੇ ਹੀ ਕੀਤੀ ਜਾਏਗੀ ਜੀ। ਸਹੀ ਕਿਹਾ ਤੁਸੀਂ, ਬਿਲਕੁਲ ਇਹ ਅਨਪ੍ਰੈਸੀਡੈਂਟਡ ਟਾਈਮ ਹੈਗਾ, ਪਰ ਇੱਕ ਪੈਂਡੈਮਿਕ ਦੇ ਚੈਲੰਜਸ ਤਾਂ ਹੈਗੇ ਨੇ ਜਿਸ ਨੂੰ ਵੇਖਦੇ ਹੋਏ ਇਹ ਫੈਸਲੇ ਲਏ ਜਾ ਰਹੇ ਨੇ। ਦੂਜੇ ਪਾਸੇ ਹਮੇਸ਼ਾ ਅਸੀਂ ਸਕੂਲਾਂ ਵਿੱਚ ਦੇਖਿਆ ਕਿ ਰੇਸਿਜ਼ਮ ਜਿਹੜਾ ਹੈਗਾ ਉਸ ਦੇ ਕਾਫੀ ਕੇਸਿਸ ਆਉਂਦੇ ਸੀ। ਹੁਣ ਬੀਤੇ ਦਿਨ ਅਨਾਊਂਸਮੈਂਟ ਕੀਤੀ ਗਈ ਕਿ ਗ੍ਰੇਡ 9 ਦੀ ਜਿਹੜੀ ਸਟ੍ਰੀਮਿੰਗ ਹੈਗੀ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ, ਅਤੇ JK ਤੋਂ ਲੈ ਕੇ ਗ੍ਰੇਡ 3 ਤੱਕ ਜਿਹੜੀ ਸਸਪੈਂਸ਼ਨ ਸੀਗੀ ਉਸ ਨੂੰ ਵੀ ਖਤਮ ਕੀਤਾ ਜਾਏਗਾ। ਬੋਰਡ ਵੱਲੋਂ ਇਸ ਫੈਸਲੇ ਨੂੰ ਕਿਵੇਂ ਲਿਆ ਗਿਆ? ਬੋਰਡ ਦੇ ਵਿੱਚ ਵੈਲਕਮ ਕੀਤਾ ਗਿਆ ਇਸ ਫੈਸਲੇ ਦਾ, ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਬੱਚੇ ਨੇ ਜਿਹੜੇ ਉਹ ਸਮਝਦੇ ਹੋਣ ਜਦੋਂ ਅਸੀਂ ਉਹਨਾਂ ਦੀ ਸਟ੍ਰੀਮਿੰਗ ਕਰ ਰਹੇ ਹੈਗੇ ਨੇ। ਮੇਰੇ ਅਕੋਰਡਿੰਗ, ਮੇਰਾ ਪਰਸਨਲ ਵਿਊ ਹੈ ਕਿ ਕਈ ਵਾਰੀ ਕੀ ਹੁੰਦਾ ਕਿ ਉਸ ਏਜ ਦੇ ਵਿੱਚ ਬੱਚਾ ਹਲੇ ਆਪਣਾ 100% ਜਿਹੜਾ ਹੈਗਾ ਉਹ ਪੜ੍ਹਾਈ ਵੱਲ ਲਗਾ ਨਹੀਂ ਰਿਹਾ। ਕਈ ਵਾਰੀ ਕੀ ਹੁੰਦਾ ਕਿ ਅਸੀਂ ਉਸ ਏਜ ਦੇ ਵਿੱਚ ਕਾਫੀ ਸਾਰੀਆਂ ਹੋਰ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਬੱਚੇ ਨੂੰ ਇੰਗੇਜ ਕੀਤਾ ਹੋਇਆ, ਜਾਂ ਸਾਡੀਆਂ ਜਿਹੜੀਆਂ ਮੈਂ ਕਹਾਂਗੀ ਕਿ ਜਿਹੜਾ ਸਾਡਾ ਫੋਕਸ ਹੈਗਾ ਉਹਦੀ ਓਵਰਆਲ ਗਰੋਥ ਵੱਲ ਹੈਗਾ। ਕਿਡਸ ਆਰ ਨਾਟ ਮੋਰ ਫੋਕਸਡ ਔਨ ਈਚ ਐਂਡ ਐਵਰੀ ਸਿੰਗਲ ਸਬਜੈਕਟ। ਸੋ ਅਸੀਂ ਉਸ ਏਜ ਦੇ ਵਿੱਚ ਇੱਕ ਬੱਚਾ, ਫੋਰ ਐਗਜ਼ਾਮਪਲ ਮੈਂ ਆਪਣੇ ਘਰ ਦੀ ਗੱਲ ਕਰਾਂ ਤਾਂ ਕਿ ਮੇਰੇ ਬ੍ਰਦਰ ਨੇ ਗ੍ਰੇਡ 11 ਦਾ ਜਿਹੜਾ ਮੈਥ ਹੈ ਉਹ ਫੇਲ ਕੀਤਾ, ਪਰ ਰਾਈਟ ਨਾਓ ਉਹ
मैथ दे विच उहने एमएससी कीती है ते मैथ दे विच उहने मास्टर्स ऑफ एजुकेशन दे विच वी किया हैगा। सो कई बार ये हुंदा है कि थोड़ी जी लेटर स्टेज दे उत्ते जाके बच्चा दा इंटरस्ट डिवेलप हुंदा हैगा। सो असी पहला ही उस बच्चे नू जज करिए कि उहदा इस सब्जेक्ट वल ध्यान नहीं है जां उह एकेडेमिक्स नहीं कर सकदा, उहनू अपलाइड दे विच पाओ जां उहनू लोकली डिवेलप जिहड़े प्रोग्राम्स हैगे ने उहनां दे विच पाओ। आई डोंट थिंक इट इज़ अ राइट थिंग टू डू। बच्चे दा जिहड़ा इह जिहड़ा फैसला हैगा इह पेरेंट्स दा, बच्चे दा, अपने गाइड काउंसलर दे नाल, टीचर्स दे नाल इकट्ठिया होना चाहिए। सो जिहड़ी ये स्ट्रीमिंग दी गल जिहड़ी हुण मिनिस्ट्री ने कीती हैगी है, इहदे विच मेन जिहड़ा कारण सीगा उह असीं एंटी ब्लैक रेसिज़म दी गल कर रहे हैं कि अगर असीं किसे इक कम्यूनिटी जां इक रेस दे जिहड़े बच्चे हैगे ने उहनां नूं असीं स्ट्रीमिंग दे दौरान अपलाइड कोर्सेस दे विच ज़्यादा पुश कर रहे हां जां असीं लोकली डिवेलप कोर्सेस दे विच पा रहे हां, उह बिल्कुल गलत है। क्योंकि बच्चे का जिहड़ा स्कोप है यूनिवर्सिटी दे विच एंटर करन दा, असी कई वारी इहो जे प्रोग्रामां दे विच जदों उहनां नूं पा दिंदे हैगे उह नहीं जा सकदे। सो साडे कोले बहुत सारीआं एग्जाम्पल्स ने जिहदे विच साडे कोले लॉयर्स भी हैगे ने, डॉक्टर्स भी हैगे ने कि उहनां बच्चिआं नूं कहा गया कि तुसीं इह नहीं कर पाउणा, पर टुडे दे आर डॉक्टर्स एंड लॉयर्स। सो इस करके जिहड़ा इह स्ट्रीमिंग है जिहड़ी ग्रेड 9 दे विच बंद कीती जा रही है कि ग्रेड 9 दे विच जदों बच्चा हाई स्कूल दे विच थोड़ी जी इंडिपेंडेंट लर्निंग दे विच आउंदा हैगा, थोड़े जे चैलेंजिंग सब्जेक्ट्स दे विच आउंदा हैगा, ते फिर उहनूं पता लगदा हैगा कि उह किन्ना कु कम है जिहड़ा उह कर सकदा जां उहदी जिहड़ी एबिलिटी हैगी है इहनां कोर्सेस दे विच किथे हैगी है, दैन दे कैन प्लान बैटर। सो आई थिंक दिस इज अ ग्रेट स्टैप टूवर्ड्स द इनकलूजन and to provide more support and have high expectations from all the students. जी जी बिल्कुल। एक होर इशू बारे गल करना चाहवांगे, ESL, क्योंकि ज़्यादातर असी देखिए कि जिहड़ी इमीग्रेंट फैमिलीज़ होंदी है उन्हां दे बच्चियां नूं ESL च पा दिता जांदा है। हाल ही विच तुसी भी इस संबंधी एक मोशन पेश कीता है, इस बारे जानना चाहवांगे। ਸੋ ਹਾਂਜੀ, ਮੈਂ ਮੋਸ਼ਨ ਲੈ ਕੇ ਆਉਂਦਾ ਕਿ ਜਿਹੜੇ ਇੰਗਲਿਸ਼ ਐਜ਼ ਅ ਸੈਕਿੰਡ ਲੈਂਗੁਏਜ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਨੇ ਉਹਨਾਂ ਦੇ ਬੱਚਿਆਂ ਨੂੰ ਜ਼ਿਆਦਾ ਸਟ੍ਰੀਮ ਕੀਤਾ ਜਾਂਦਾ ਹੈਗਾ। ਸੋ ਅਗੇਨ ਤੁਸੀਂ ਕਿਸੇ ਇੱਕ ਰੇਸ ਦੇ ਜਾਂ ਇੱਕ ਜਿਹੜੀ ਕਲਚਰ ਦੇ ਬੱਚੇ ਹੈਗੇ ਨੇ, ਜੇ ਉਹ ਇਮੀਗ੍ਰੇਸ਼ਨ ਕਮਿਊਨਿਟੀ ਦੇ ਹੈਗੇ ਨੇ ਜਾਂ ਜੇ ਉਹ ਘਰ ਦੇ ਵਿੱਚ ਕੋਈ ਹੋਰ ਲੈਂਗੁਏਜ ਬੋਲਦੇ ਹੈਗੇ ਨੇ ਤੇ ਆਪਾਂ ਉਹਨਾਂ ਨੂੰ ESL ਦੇ ਵਿੱਚ ਪਾ ਦਈਏ, ਬਿਲਕੁਲ ਗਲਤ ਗੱਲ ਹੈ ਜੀ। ਪ੍ਰੋਪਰ ਅਸੈਸਮੈਂਟ ਹੋਣੀ ਚਾਹੀਦੀ ਹੈ। ਪੇਰੈਂਟਸ ਦੀ ਲੈਂਗੁਏਜ ਬੱਚੇ ਦੀ ਅਸੈਸਮੈਂਟ ਦਾ ਕਾਰਨ ਨਹੀਂ ਹੋਣੀ ਚਾਹੀਦੀ। ਸੋ ਉਹਦੀ ਜਿਹੜੀ ਪ੍ਰੋਪਰ ਅਸੈਸਮੈਂਟ ਹੋਵੇ, ਫਿਰ ਅਗਰ ਬੱਚੇ ਦੇ ਵਿੱਚ ਤੁਹਾਨੂੰ ਲੱਗਦਾ ਹੈਗਾ ਕਿ ਉਹਨੂੰ ਇੰਗਲਿਸ਼ ਉਹਦੀ ਉਸ ਲੈਵਲ ਦੀ ਨਹੀਂ ਹੈ, ਕਿੰਡਰਗਾਰਟਨ ਦੇ ਵਿੱਚ ਜਾਂ ਬੱਚੇ ਜਦੋਂ ਸ਼ੁਰੂ ਕਰਦੇ ਨੇ ਜਾਂ ਗ੍ਰੇਡ 1 ਦੇ ਵਿੱਚ ਹੁੰਦੇ ਨੇ, ਸੋ ਉਹਨਾਂ ਦੀ ਜਿਹੜੀ ਪ੍ਰੋਗਰੈਸ ਦੇ ਲਈ ਜਿਹੜਾ ਸਟੈਪ 1, ਸਟੈਪ 2, ਸਟੈਪ 3 ਜਿਹੜੇ ਹੈਗੇ ਨੇ, ਉਹਨਾਂ ਦੇ ਵਿੱਚ ਪੇਰੈਂਟਸ ਆਪਣੇ ਵੱਲੋਂ ਕੀ ਕਰਨ, ਹਰ ਸਾਲ ਪੇਰੈਂਟ ਟੀਚਰਸ ਦੀ ਮੀਟਿੰਗ ਪ੍ਰੋਪਰ ਹੋਣੀ ਚਾਹੀਦੀ ਹੈਗੀ ਹੈ। ਜਿਹੜਾ ਰਿਵਿਊ 2012 ਦੇ ਵਿੱਚ ਹੋਇਆ ਸੀ ਉਹਦੇ ਵਿੱਚ ਕਲੀਅਰਲੀ ਮੈਂਸ਼ਨ ਸੀ ਕਿ ਪੇਰੈਂਟਸ ਨੇ ਜਿਹੜੇ ਉਹਨਾਂ ਨੂੰ ਇਨਵੋਲਵ ਕੀਤਾ ਜਾਵੇ, ਪਰ ਅਪੀਲ ਦਿਸ ਸਕੂਲ ਬੋਰਡ ਦੇ ਵਿੱਚ ਪੇਰੈਂਟਸ ਨੂੰ ਨਹੀਂ ਇਨਵੋਲਵ ਕੀਤਾ ਗਿਆ। ਸਿਰਫ ਰਿਪੋਰਟ ਕਾਰਡ ਦੇ ਉੱਤੇ ਲਿਖਿਆ ਆਉਂਦਾ ਹੈਗਾ ਕਿ ਇਹ ਬੱਚਾ ESL ਕੈਟਾਗਰੀ ਦੇ ਵਿੱਚ ਹੈ ਜਾਂ ਨਹੀਂ ਹੈ। ਸੋ ਮੈਂ ਸਾਰੇ ਪੇਰੈਂਟਸ ਨੂੰ ਬੇਨਤੀ ਕਰਾਂਗੀ ਕਿ ਪਲੀਜ਼ ਬੱਚਿਆਂ ਦਾ ਜਿਹੜਾ ਰਿਪੋਰਟ ਕਾਰਡ ਹੈ ਉਹਨੂੰ ਬੜੇ ਹੀ ਧਿਆਨ ਦੇ ਨਾਲ, ਇੱਕ ਇੱਕ ਲਾਈਨ ਨੂੰ ਬੜੇ ਧਿਆਨ ਨਾਲ, ਇੱਕ ਇੱਕ ਬਾਕਸ ਜਿਹੜਾ ਚੈੱਕ ਕੀਤਾ ਹੋਇਆ ਉਹਨੂੰ ਧਿਆਨ ਨਾਲ ਦੇਖੋ। ਅਗਰ ਤੁਹਾਡੇ ਸਵਾਲ ਨੇ ਕਿ ਤੁਹਾਡੇ ਬੱਚੇ ਨੂੰ ESL ਦੇ ਅੰਡਰ ਕਿਉਂ ਰੱਖਿਆ ਗਿਆ ਹੈਗਾ, ਤੇ ਜ਼ਰੂਰ ਆਪਣੇ ਪ੍ਰਿੰਸੀਪਲ, ਟੀਚਰਸ ਅਤੇ ਵਾਈਸ ਪ੍ਰਿੰਸੀਪਲ ਦੇ ਨਾਲ ਕੰਟੈਕਟ ਕਰੋ। ਇਸੇ ਕਰਕੇ ਮੈਂ ਇਹ ਮੋਸ਼ਨ ਲੈ ਕੇ ਆਉਂਦਾ ਕਿਉਂਕਿ ਮੈਂ ਦੇਖਿਆ ਕਿ ਬ੍ਰੈਂਪਟਨ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਹੈਗੇ ਨੇ ਉਹ ਇੰਗਲਿਸ਼ ਲੈਂਗੁਏਜ ਲਰਨਰ ਨੇ, ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹਨਾਂ ਦੀ ਜਿਹੜੀ ਇੰਗਲਿਸ਼ ਹੈ ਉਹ ਇੰਨੀ ਸਟਰੋਂਗ ਨਹੀਂ ਹੈਗੀ। ਈਵਨ ਦੋ ਕਈ ਬੱਚੇ ਗ੍ਰੇਡ 9 ਦੇ ਵਿੱਚ ਐਕਡੈਮਿਕ ਇੰਗਲਿਸ਼ ਲੈ ਰਹੇ ਨੇ, ਪਰ ਉਹਨਾਂ ਦੇ ਰਿਪੋਰਟ ਕਾਰਡ ਦੇ ਉੱਤੇ ਸਟਿਲ ਦੇ ਆਰ ਪ੍ਰੋਫਾਈਲਡ ਅੰਡਰ ESL। ਇਹ ਇੱਕ ਬੜਾ ਵੱਡਾ ਸਟਿਗਮਾ ਵੀ ਹੈਗਾ ਸਾਡੀ ਕਮਿਊਨਿਟੀ ਦੇ ਵਿੱਚ, ਤੇ ਮੈਂ ਕਹਾਂਗੀ ਕਿ ਸਾਡੇ ਜਿਹੜੇ ਬੱਚੇ ਹੈਗੇ ਨੇ ਉਹ ਵੀ ਜ਼ਰੂਰ ਇਹ ਸਵਾਲ ਕਰਨ, ਦੇਰ ਹੈਜ਼ ਟੂ ਬੀ ਸਮਵਨ ਅਕਾਊਂਟੇਬਲ ਕਿ ਵਾਈ ਦੀਸ ਕਿਡਸ ਆਰ ਸਟ੍ਰੀਮਡ ਔਰ ਪ੍ਰੋਫਾਈਲਡ ਅੰਡਰ ਦੀਸ ਪ੍ਰੋਗਰਾਮਸ। ਤੇ ਇਸ ਮੋਸ਼ਨ ਦਾ ਹੁਣ ਨੈਕਸਟ ਸਟੈਪ ਕੀ ਹੋਏਗਾ? ਸੋ ਇਹ ਮੋਸ਼ਨ ਜੀ ਪਾਸ ਹੋਇਆ ਤੇ ਹੁਣ ਇਹਦਾ ਰਿਵਿਊ ਹੋਏਗਾ, ਤੇ ਇਸ ਮੋਸ਼ਨ ਦੇ ਅੰਡਰ ਪੂਰੀ ਜਿਹੜੀ ਇਸ ਪ੍ਰੋਗਰਾਮ ਦੀ ਦੁਬਾਰਾ ਮੈਂ ਕਹਾਂਗੀ ਕਿ ਸਲਾਈਸਿੰਗ ਹੋਏਗੀ, ਜਿਹਦੇ 'ਚ ਹੋਏਗਾ ਕਿ ਇਹਦੀ ਅਸੈਸਮੈਂਟ ਹੈ ਜਿਹੜੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ, ਨਾਲ ਦੀ ਨਾਲ ਜਿਹੜਾ ਉਹਦਾ ਪ੍ਰੋਗਰੈਸ ਹੈਗੀ ਹੈ ਉਹ ਪੇਰੈਂਟਸ ਦੇ ਨਾਲ ਸਾਂਝੀ ਕੀਤੀ ਜਾਵੇ, ਪੇਰੈਂਟਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਜਾਵੇ ਕਿ ਕਿਹੜਾ ਬੱਚਾ ਕਿੱਥੇ ਖੜਾ ਹੈਗਾ, ਪੇਰੈਂਟ ਕਿੱਦਾਂ ਉਹਦੀ ਰੀਡਿੰਗ 'ਚ ਸਪੋਰਟ ਕਰ ਸਕਦੇ ਨੇ, ਜਾਂ ਉਹਨੂੰ ਕੰਪਰੀਹੈਂਸ਼ਨ ਚਾਹੀਦੀ ਹੈ, ਉਹਦੇ ਵਿੱਚ ਹੈਲਪ ਚਾਹੀਦੀ ਹੈਗੀ ਹੈ। ਸੋ ਫਿਰ ਉਹਦੀ ਜਿਹੜੀ ਈਅਰਲੀ ਅਸੈਸਮੈਂਟ ਹੈਗੀ ਹੈ ਉਹਦੀ ਕਮਿਊਨੀਕੇਸ਼ਨ ਪ੍ਰੋਪਰ ਹੋਵੇ, ਅਤੇ 5 ਜਾਂ 5 ਤੋਂ 7 ਸਾਲ ਦੇ ਵਿੱਚ ਵਿੱਚ
ਕੋਈ ਵੀ ਬੱਚਾ ਜਿਹੜਾ ESL ਪ੍ਰੋਗਰਾਮ ਦੇ ਅੰਡਰ ਆਉਂਦਾ ਹੈਗਾ ਉਹ ਉਸ ਪ੍ਰੋਗਰਾਮ ਤੋਂ ਬਾਹਰ ਹੋਣਾ ਚਾਹੀਦਾ ਹੈਗਾ। ਸੋ ਅਦਰਵਾਈਜ਼ ਜੇ ਕੈਨੇਡੀਅਨ ਬੋਰਨ ਬੱਚਾ ਇੱਕ ਸਕੂਲ ਬੋਰਡ ਦੇ ਵਿੱਚ 10 ਸਾਲਾਂ ਤੋਂ ਹੈਗਾ ਪਰ ਹਲੇ ਵੀ ESL ਹੈਗਾ ਤੇ ਮੈਂ ਕਵਾਂਗੀ ਜੀ ਕਿ ਉਹ ਬੋਰਡ ਹੈ ਜਿਹੜਾ ਉਹ ਉਸ ਬੱਚੇ ਨੂੰ ਫੇਲ ਕਰ ਰਿਹਾ ਹੈਗਾ। ਸੋ ਇੱਥੇ ਬੋਰਡ ਦੇ ਵਿੱਚ ਜਿਹੜੇ ਲੋਕੀ ਕੰਮ ਕਰ ਰਹੇ ਹੈਗੇ ਨੇ ਉਹਨਾਂ ਦੀ ਰਿਸਪੋਂਸਿਬਿਲਿਟੀ ਬਣਦੀ ਹੈ ਕਿ ਅਸੀਂ ਉਸ ਬੱਚੇ ਨੂੰ ਸਪੋਰਟ ਦੇਈਏ। ਸੋ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਨਾ ਚਾਹਾਂਗੀ ਕਿ ਕਈ ਵਾਰੀ ਅਰਲੀ ਈਅਰਸ ਦੇ ਵਿੱਚ ਲਰਨਿੰਗ ਡਿਸਬਿਲਿਟੀ ਹੈ, ਕੋਈ ਬੱਚੇ ਸਲੋ ਲਰਨ ਕਰ ਰਹੇ ਨੇ, ਕਈਆਂ ਨੂੰ ਸਪੀਚ ਦੀ ਪ੍ਰੋਬਲਮ ਹੁੰਦੀ ਹੈਗੀ ਹੈ ਕਿ ਉਹ ਬੋਲਦੇ ਨਹੀਂ ਹੈ, ਪਰ ਜੇ ਅਸੀਂ ਉਸ ਬੱਚੇ ਨੂੰ ESL ਦੇ ਅੰਡਰ ਅਸੀਂ ਉਹਨੂੰ ਕਹਿ ਦਿੱਤਾ ਕਿ ਇਹਨੂੰ ਇੰਗਲਿਸ਼ ਐਜ਼ ਅ ਸੈਕਿੰਡ ਲੈਂਗੁਏਜ ਹੋਣ ਕਰਕੇ ਇਹ ਬੱਚਾ ਜਿਹੜਾ ਉਹ ਸਲੋ ਹੈਗਾ, ਫਿਰ ਉਹਦਾ ਜਿਹੜਾ ਡਾਇਗਨੋਜ਼ ਹੈ ਉਹ ਪ੍ਰੋਪਰ ਨਹੀਂ ਹੋ ਪਾਉਂਦਾ। ਸੋ ਉਹ ਜਿਹੜੇ ਬੱਚੇ ਹੈਗੇ ਨੇ ਫਿਰ ਉਹ ਵਿਚਾਰੇ ਉਹਨਾਂ ਦਾ ਕਾਰਨ ਅਸਲੀ ਇਹ ਨਹੀਂ ਹੁੰਦਾ, ਉਹ ਸਲੋ ਲਰਨਰ ਹੁੰਦੇ ਨੇ ਜਾਂ ਉਹਨਾਂ ਦੀ ਸਪੀਚ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ। ਸੋ ਉਹ ਜੋ ਉਹਨਾਂ ਨੂੰ ਸਹੀ ਸਪੋਰਟ ਮਿਲਣੀ ਚਾਹੀਦੀ ਹੈਗੀ ਆ ਉਹ ਨਹੀਂ ਮਿਲ ਪਾਉਂਦੀ। ਜੀ ਜੀ ਬਿਲਕੁਲ, ਥੈਂਕ ਯੂ ਸੋ ਮਚ, ਤੁਸੀਂ ਸਮਾਂ ਕੱਢਿਆ ਪੀਡੀਸੀ ਪੰਜਾਬੀ ਦੇ ਲਈ ਤੇ ਇਹ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ। NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ, ਤੁਸੀਂ ਬਣੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ। ਅਗਸਤ ਦੇ ਮਹੀਨੇ ਵਿੱਚ ਹੋਣ ਵਾਲੇ ਗ੍ਰੇਟ ਸਾਈਕਲ ਚੈਲੰਜ ਵਿੱਚ ਹਿੱਸਾ ਪਾ ਰਹੇ ਨੇ ਬ੍ਰੈਂਪਟਨ ਦੇ ਰਹਿਣ ਵਾਲੇ ਸਿਮੀ ਗਿੱਲ ਵਿਰਕ, ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਿਮੀ ਵਿਰਕ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੀਡੀਸੀ ਦੇ ਵਿੱਚ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ। ਸਿਮੀ ਜੀ, ਅਸੀਂ ਹਮੇਸ਼ਾ ਦੇਖਿਆ ਕਿ ਬੋਨ ਮੈਰੋ ਚੈਲੰਜ, ਬੋਨ ਮੈਰੋ ਜਿਹੜੀ ਕੈਂਪੇਨ ਹੁੰਦੀ ਹੈ ਡੋਨੇਟ ਕਰਨ ਦੀ, ਉਸ ਦੇ ਵਿੱਚ ਤੁਸੀਂ ਹਮੇਸ਼ਾ ਲੋਕਾਂ ਨੂੰ ਉਤਸ਼ਾਹਿਤ ਕਰਦੇ ਆਏ ਹੋ ਕਿ ਆ ਕੇ ਆਪਣਾ ਜਿਹੜਾ ਸਵੈਬ ਟੈਸਟ ਹੈ ਉਹ ਕਰਾਉਣ, ਅਤੇ ਕਿਸੇ ਨੂੰ ਬੋਨ ਮੈਰੋ ਦੀ ਲੋੜ ਹੈਗੀ ਹੈ ਅਤੇ ਉਹ ਡੋਨੇਟ ਕਰਨ, ਤੁਸੀਂ ਵੀ ਇੱਕ ਡੋਨਰ ਰਹੇ ਹੋ। ਹੁਣ ਅਸੀਂ ਦੇਖਿਆ ਹੈ ਕਿ ਆਉਣ ਵਾਲਾ ਜਿਹੜਾ ਚੈਲੰਜ ਹੈਗਾ ਗ੍ਰੇਟ ਸਾਈਕਲ ਚੈਲੰਜ, ਉਸ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਗ੍ਰੇਟ ਸਾਈਕਲ ਚੈਲੰਜ ਹੈਗਾ ਕੀ ਹੈ। ਗ੍ਰੇਟ ਸਾਈਕਲ ਚੈਲੰਜ ਐਕਚੁਅਲੀ ਕੁਝ ਪੇਰੈਂਟਸ ਨੇ ਜਿਹੜੇ ਲਾਈਕ ਉਹਨਾਂ ਨੇ ਇਹ ਸ਼ੁਰੂ ਕੀਤਾ ਹੋਇਆ, ਉਹਨਾਂ ਦੇ ਬੱਚੇ ਜਾਂ ਤਾਂ ਕੁਝ ਦੇ ਬੱਚੇ ਠੀਕ ਹੋ ਚੁੱਕੇ ਆ ਜਾਂ ਕੁਝ ਦੇ ਬੱਚੇ ਅਜੇ ਸਟਰਗਲ ਕਰ ਰਹੇ ਆ, ਕੁਝ ਏਦਾਂ ਦੇ ਵੀ ਆ ਜਿਹੜੀਆਂ ਜਿਹੜੇ ਬੱਚੇ ਸੀ ਉਹ ਹੁਣ ਟੀਨੇਜਰ ਬਣ ਚੁੱਕੇ ਨੇ, ਉਹ ਵੀ ਵਿੱਚ ਹੀ ਨੇ। ਮਤਲਬ ਇਟਸ ਅ ਗੁੱਡ ਕਮਿਊਨਿਟੀ, ਬਹੁਤ ਅੱਛੇ, ਸਾਰਾ ਇੰਨਾ ਅੱਛਾ ਗਰੁੱਪ ਹੈ ਕਿ ਉਹਨਾਂ ਨੇ ਸਾਰਿਆਂ ਦੇ ਇੱਕ ਐਫਰਟਸ ਨੇ ਸਿੱਖ ਕਿਡਜ਼ ਹੋਸਪਿਟਲ ਲਈ ਕਿ ਜੇ ਉਹਨਾਂ ਨੇ ਸਾਡੇ ਬੱਚਿਆਂ ਨੂੰ ਜਾਨ ਬੱਚਿਆਂ ਨੂੰ ਠੀਕ ਕੀਤਾ ਜਾਂ ਜਾਨ ਬਖਸ਼ੀਏ ਤਾਂ ਅਸੀਂ ਉਹਨਾਂ ਲਈ ਕੁਝ ਕਰ ਸਕੀਏ, ਫੰਡਸ ਇਕੱਠੇ ਕਰ ਸਕੀਏ। ਜੀ, ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿਉਂਕਿ ਅਗਸਤ ਵਿੱਚ ਇਹ ਚੈਲੰਜ ਸ਼ੁਰੂ ਹੋਣਾ ਹੈ, ਪਰ ਅੱਜ ਕੱਲ੍ਹ ਤੁਸੀਂ ਸਾਈਕਲ ਰਾਈਡ ਕਰ ਰਹੇ ਹੋ, ਇੱਕ ਤਰ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਹੈ, ਕਿੰਨਾ ਕੁ ਅੱਜ ਕੱਲ੍ਹ ਦੇ ਟਾਈਮ ਵਿੱਚ ਟ੍ਰੇਨਿੰਗ ਵਿੱਚ ਤੁਸੀਂ ਆਪਣੀ ਸਾਈਕਲ ਚਲਾਉਂਦੇ ਹੋ? ਮੈਂ ਜਿੱਦਾਂ ਹੁਣ 2-3 ਦਿਨ ਹੋ ਗਏ ਬਹੁਤ ਜ਼ਿਆਦਾ ਹੀਟ ਵੇਵਸ ਹੈਗੀਆਂ ਜਾਂ ਥੰਡਰ ਸਟਾਰਮ ਦਾ, ਸੋ ਮੈਂ ਕੰਟਰੀ ਸਾਈਡ ਜ਼ਿਆਦਾ ਨਹੀਂ ਜਾ ਸਕਦੀ, ਬਟ ਮੈਂ ਹੁਣ ਤੱਕ 75 ਕਿਲੋਮੀਟਰ ਤੱਕ ਚਲਾ ਚੁੱਕੀ ਹਾਂ ਇੱਕ ਦਿਨ ਦੇ ਵਿੱਚ। ਇੱਕ ਦਿਨ ਦੇ ਵਿੱਚ ਮਤਲਬ ਹੁਣ ਮੇਰੀ ਇੰਨੀ ਸਪੀਡ ਬਣ ਗਈ ਹੈ ਕਿ ਮੈਂ 4 ਘੰਟੇ 'ਚ ਜਾਂ 3-4 ਘੰਟੇ 'ਚ 75 ਕਿਲੋਮੀਟਰ ਕੰਪਲੀਟ ਕਰਕੇ ਵਾਪਿਸ ਆ ਜਾਂਦੀ ਹਾਂ। ਤੋ ਸਭ ਤੋਂ ਜ਼ਿਆਦਾ ਜਿਹੜਾ ਮੇਰਾ ਹੁਣ ਤੱਕ ਦਾ ਹੈਗਾ, ਲਾਸਟ ਵੀਕ ਮੈਂ 75 ਕਿਲੋਮੀਟਰ ਕੀਤਾ, ਉਸ ਤੋਂ ਪਹਿਲਾਂ ਮੈਂ 56 ਕੀਤਾ ਸੀ, ਤੇ 25-30 ਕਿਲੋਮੀਟਰ ਦਾ ਇਟਸ ਨਾਰਮਲ ਕਿ ਮੈਂ ਐਵਰੀ ਡੇ ਲਾਈਕ ਜਦੋਂ ਨਹੀਂ ਵੀ ਜਾਣਾ ਬਟ ਮੈਂ ਕਰਕੇ ਜ਼ਰੂਰ ਆਉਣਾ ਚਾਹੁੰਦੀ ਹਾਂ, ਕਰ ਆਵਾਂ ਆਪਣਾ। ਜੀ, ਅਗਸਤ ਦੇ ਮਹੀਨੇ ਵਿੱਚ ਜਦੋਂ ਇਹ ਚੈਲੰਜ ਸ਼ੁਰੂ ਹੋਏਗਾ, ਇਹ ਕਿਵੇਂ ਪੂਰਾ ਚੈਲੰਜ ਚੱਲਦਾ ਹੈ, ਕਿੰਨੇ ਲੋਕ ਇਸ ਵੇਲੇ ਨੇ ਜੋ ਇਸ ਨਾਲ ਜੁੜ ਚੁੱਕੇ ਨੇ, ਤੇ ਕਿਸ ਤਰ੍ਹਾਂ ਤੁਸੀਂ ਪਲਾਨ ਕੀਤਾ ਹੈ ਕਿ ਹਰ ਦਿਨ ਕਿੰਨਾ ਕਿਲੋਮੀਟਰ ਤੁਸੀਂ ਰਾਈਡ ਕਰਨਾ ਹੈ? ਹਾਂਜੀ, ਇਟਸ ਇਹ ਸਾਰੇ ਆਲ ਓਵਰ ਕੈਨੇਡਾ ਵਿੱਚ ਹੈ, ਸਾਰੇ ਆਲ ਓਵਰ ਕੈਨੇਡਾ ਤੋਂ ਵਿਰਚੁਅਲ ਲੋਕ ਜੁੜੇ ਹੋਏ ਨੇ ਕਿਉਂਕਿ ਹੁਣ ਅੱਛਾ ਉਹ ਵੀ ਜੁੜੇ ਹੋਏ ਨੇ, ਤੇ ਕੁਛ ਹੁਣ ਆਪਾਂ ਆਪਣੇ ਆਪਣੇ ਏਰੀਏ ਦੇ ਜਿਵੇਂ ਗਰੁੱਪ ਬਣ ਚੁੱਕੇ ਨੇ ਕਿ ਜਿਵੇਂ ਇਕੱਠੀ ਰਾਈਡ ਕਰਨੀ ਹੈ ਜੇ ਕਿਸੇ ਨੇ, ਸੋ ਉਹ ਗਰੁੱਪ ਸਾਰਾ ਉਹ ਪੇਜ ਦੇ ਉੱਤੇ ਤੁਹਾਨੂੰ ਅਪਡੇਟ ਕਰਦੇ ਨੇ ਪ੍ਰੋਪਰ, ਤੇ ਜਦੋਂ ਤੁਸੀਂ ਉਹ ਜਿਵੇਂ 1 ਅਗਸਤ ਤੋਂ ਸ਼ੁਰੂ ਹੋਣਾ, ਪੂਰਾ ਇੱਕ ਕੈਲੰਡਰ ਬਣਿਆ ਹੋਇਆ, ਸੋ ਤੁਸੀਂ ਕੈਲੰਡਰ ਦੇ ਹਿਸਾਬ ਨਾਲ ਉਹਨਾਂ ਦੇ ਗਰੁੱਪ 'ਚ ਜਾ ਕੇ ਜੇ ਉਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਗਰੁੱਪ 'ਚ ਜਾ ਕੇ ਸਾਈਕਲ ਚਲਾ ਸਕਦੇ ਹੋ, ਬਟ ਜੇ ਤੁਸੀਂ ਆਪਣਾ ਇਕੱਲੇ ਵੀ ਚਲਾਉਣਾ ਤਾਂ ਤੁਸੀਂ ਆਪਣਾ ਇਕੱਲਾ ਵੀ ਆਪਣੇ ਜਿੰਨੇ ਵੀ ਤੁਸੀਂ ਕਿਸੇ ਨੇ 200 ਕਿਲੋਮੀਟਰ ਕਿਸੇ ਨੇ ਜਿਵੇਂ ਮੈਂ 500 ਕੀਤੇ ਆ, ਸੋ ਮੈਂ 100 ਕਿਲੋਮੀਟਰ ਤੋਂ ਸ਼ੁਰੂ ਕੀਤਾ ਸੀ ਜਿਸ ਦਿਨ ਫਸਟ ਡੇ ਜੁਆਇਨ ਕੀਤਾ, ਹੁਣ ਮੈਂ 500 ਕਰਤਾ, ਸੋ ਮੇ ਬੀ ਮੈਂ ਅੱਗੇ ਹੋਰ ਵਧਾ ਸਕਦੀ ਹਾਂ ਆਪਣੇ, ਇੱਦਾਂ ਕੁਛ ਨਹੀਂ ਹੈਗਾ ਕਿ ਮੈਂ ਜ਼ਿਆਦਾ ਕਿਲੋਮੀਟਰ ਵੀ ਕਰ ਸਕਦੀ ਹੈਗੀ, ਬਟ ਪੂਰੇ ਅਗਸਤ 'ਚ ਤੁਸੀਂ ਕਰਨੇ ਨੇ। ਜੀ, ਹੁਣ ਅਸੀਂ ਜਿਵੇਂ ਦੇਖਦੇ ਹਾਂ ਕਿ ਟ੍ਰੇਨਿੰਗ ਪੀਰੀਅਡ ਚੱਲ ਰਿਹਾ, ਪਰ ਹਜੇ ਵੀ ਲੋਕ ਡੋਨੇਟ ਕਰ ਰਹੇ ਨੇ, ਫੰਡ ਰੇਜ਼ ਹੋ ਰਿਹਾ, ਤੁਹਾਡੇ ਨਾਲ ਜੁੜ ਰਹੇ ਨੇ, ਜਦੋਂ ਇਹ ਫੰਡ ਰੇਜ਼ ਹੋ ਰਿਹਾ ਤਾਂ ਇਹ ਡਾਇਰੈਕਟ ਸਿੱਖ ਕਿਡਜ਼ ਹੋਸਪਿਟਲ ਕੋਲ ਹੀ ਜਾਂਦਾ?
हाँ जी, जदों तुसी मेरे जेड़ा मैं लिंक हैगा वो जेड़ा मैं शेयर किया हुआ उस लिंक दे उत्ते जदों तुसी जांदे हो उत्ते डोनेशन दी ऑप्शंस आ जांदियां ने, ते वो सीधा ही सिक किड्स फाउंडेशन नु जांदा है और उत्थों डायरेक्ट ही जेड़ी रसीद है वो जेड़े डोनर है उन्हां नु आ जांदी है। जिवें तुसी मेरे उहदे च जे पेज ते जाके देखोगे तो उहदे विच कुछ अनोनिमस ने, मैनू भी नहीं पता कि वो कौन ने, बड़े नो मी बट उन्हां ने अपना नाम नहीं लिखा, उन्हां ने मेरे बारे लिखा होया उत्थे, तो बढ़िया मैनू सपोर्ट कर रहे ने लोग। इवन मैं जिस दिन पहले दिन शुरू किया, यू वोंट इवन बिलीव कि मैं 100 किलोमीटर ते 500 का टारगेट रखा सी अपना कि मैं 100 किलोमीटर राइड करेंगी ते 500 ही मैं फंड्स इकट्ठे कर पावांगी, बिकॉज कोविड करके मैनू लग रहा सी कि मैं नहीं कर पावांगी ज्यादा, बट ये कह लो कि ब्लैसिंग्स है लोगों दिया या उन्हों का यकीन है मेरे ते। तो मेरे फर्स्ट जेडे स्पॉन्सर ने शीज किरण बैनेट, तुसी शायद जानते हो, उन्हां दी छोटी बच्ची है सारा, वो ग्रेड 6 सी जदों उन्हें बोन मैरो होया सी, सो उन्हां नूं डोनर मिल गया सीगा बच्ची लई, ते उन्हां ने मैनूं स्पॉन्सर किया सी। हुण उन्हां दी बेटी आई थिंक 16 और 17 ईयर ओल्ड है, ते उन्हां ने मैनूं फर्स्ट जदों मैं नाल दी नाल ज्वाइन किया ते नाल दी नाल ही उन्हां ने मैनूं 500 स्पॉन्सर किए सी, ते नेक्स्ट डे मैनू साइकिल भी उन्होंने स्पॉन्सर की सी किरण बैनत ने कि मेरी साइकिल नवी है मेरे को, तुसी मेरी साइकिल लेके जाओ ओनू ही चलाओ तुसी, मैं उन्होंने ही साइकिल राइड कर रही हूँ। जी, असी हमेशा देखिया कि तुसी बोन मैरो कैंपेन जिहड़ी चलदी है मैच फॉर मैरो दी, उस दे विच हिस्सा लिया है, पर किवें तुहाडे मन विच आया कि हुण कैंसर पेशेंट्स लई इह फंड रेज करना चाहीदा है? अब बोन मैरो देखो एक बहुत मेरे हिसाब नाल ते बहुत ज्यादा सीरियस एक तरह का मुद्दा हैगा कि जिवें हुण इंद्रजीत भैन जी देखो जसनूर लई स्ट्रगल कर रहे हैं, और एक होर साडे ग्रुप ची आपां उन्हां लई कैंप भी लगाया, छोटा बच्चा है 4 साल का अवितेज, वो हुण भी हॉस्पिटल च है, मैं सम टाइम अपनी ट्रेनिंग राइड ते जानी है, मैं लिख के जानी है कि वी नीड ब्लैसिंग्स फॉर अवितेज, बिकॉज लाइक एज ए लेडी एज ए मदर मैनू पता कि किन्नी पेन हुंदी है जदों थोड़े 4 साल दे बच्चे नूं बुखार भी हो जाए ते आपां दुखी हो जाने हैं, ते ओ बच्चा बहुत ज्यादा इस टाइम ओहदी हालत खराब है हॉस्पिटल च है, ते ओहदे करके फिर मैं करदी हुंनी कि चलो कई वारी हुंदा है कि आपां ब्लैसिंग्स करदे हां प्रेयर करदे हां तां ओ बच्चे नूं किते ना किते हील कर देणगियां, तो मैं उहनां करके ये कि भी मैनू मेरी एज सच फैमिली च कोई इदां दा इशू नहीं है, बट मैनू जदों दूजिआं नूं देखदे हां ते जे मैं किसी नूं हल थोड़ा जा भी किसी नूं मेरे करके खुशी मिल सकती है, जान उन्हां दी बच सकती है, ते मेरे नाल जे 4 होर लोग अगे आके अपना स्वैब कर लैणगे, या जिवें हुण आपां ग्रेट साइकिल चैलेंज कर रहे इहदे च ज्वाइन कर लैणगे मेरे थोड़े जे एफर्ट्स नाल, तां लाइक मैं कहांगी कि बहुत वड्डी गल है मेरे लई। जी, तुसी आप एक डोनर रहे हो एंड यू आर लिविंग अ हेल्दी लाइफ। जे तुसी लोकां नूं अपनी स्टोरी दसदे हो तां एक इंस्पिरेशन हो जांदी है लोकां लई, तां तुसी हुण किवें लोकां नूं मोटिवेट कर रहे हो कि साइकिल चैलेंज दा हिस्सा बनन, या फिर जिहड़ी तुहाडी दूजी कैंपेन चल रही है बोन मैरो दी उस दा हिस्सा बनन, अगे आ के स्वैब टेस्ट करान? हाँ जी, बोन मैरो दी कैंपेन लई भी ये है कि मेरे जेडे काफी लोग मेरी लेडीज काफी जानकार ने जिन्हां नूं कि शायद घर भी नहीं उन्होंने दसना चाहदियां सी, और वो स्वैब कर दिया मेरे कहन पे ही कि मैनू देख देख के, वो मैनू फेसबुक पे फॉलो करते ने ते उन्होंने अपना स्वैब किया, एंड लकली कि उन्होंने मेरा जिवें मैं ब्लड डोनेट भी कर दी हाँ, सो मेरी पोस्ट देख के वो ब्लड डोनेशन वास्ते भी लाइक मोटिवेट हुई है कि असी भी ब्लड डोनेट करना है, ते मेरे लिए ते लाइक वो बहुत वड्डी गल हुंदी है कि जे मेरी कोई पोस्ट देख के ब्लड डोनेट भी कर आंदा है ते मेरे लिए बहुत वड्डी गल हुंदी है, क्योंकि जदों जेहड़े कैंसर पेशेंट्स हुंदे ने लिकेमिया उन्हां दा जदों ब्लड ट्रांसफ्यूजन हुंदा है बहुत ज्यादा ब्लड दी जरूरत हुंदी है, अजकल कोविड चल रहा हुण भी बहुत ज्यादा ब्लड दी शॉर्टेज है, ते हुण भी मैं यही लोकां नूं कहांगी कि जे तुसीं नहीं भी पैसा डोनेट कर सकते, क्योंकि अजकल मैनूं पता कोविड करके बहुत हार्ड टाइम है सारिआं लई, बट तुसीं ब्लड डोनेट कर सकते हो और उहदे च कोई भी तुहाडी लाइफ नूं ऐदां नहीं हैगा, ਤੇ ਮੈਚ ਫੋਰ ਮੈਰੋ ਦੇ ਇਸ ਟਾਈਮ ਇਵੈਂਟ ਬੰਦ ਨੇ, ਤੁਸੀਂ ਆਪਣੀ ਕੈਨੇਡੀਅਨ ਬਲੱਡ ਸਰਵਿਸਿਜ਼ ਆਨਲਾਈਨ ਜਾ ਕੇ ਆਪਦੀ ਕਿੱਟ ਆਰਡਰ ਕਰ ਸਕਦੇ ਹੋ, ਤੇ ਕਿੱਟ ਤੁਹਾਨੂੰ ਘਰ ਆ ਜਾਏਗੀ, ਤੁਸੀਂ ਆਪਣਾ ਥੁੱਕ ਦਾ ਟੈਸਟ ਸਵੈਬ ਕਰਕੇ ਤੇ ਤੁਸੀਂ ਉਹਨਾਂ ਨੂੰ ਕਿੱਟ ਪੈਕ ਕਰਕੇ ਵਾਪਿਸ ਭੇਜ ਸਕਦੇ ਹੋ ਤੇ ਤੁਸੀਂ ਰਜਿਸਟਰ ਹੋ ਸਕਦੇ ਹੋ ਇਦਾਂ ਵੀ। जी, बहुत चंगा काम कर रहे हो तुसी, एक चंगा इनिशिएटिव तुसी लिया है, साइकिल चैलेंज का हिस्सा बनन जा रहे हो। अखीर दे विच लोकां नूं खास तौर ते की कहना चाहोगे तां कि जो वड्डे अमाउंट विच एक फंड रेज हो सके ते कैंसर पेशेंट्स जिहड़े हैगे ने बच्चे उहनां दी मदद हो सके?
बिल्कुल जी, देखो जदों जेडे मैं ते चलो वाहिगुरु ना बचाए मैं ते हॉस्पिटल गई नहीं, बट जेडे बच्चे छोटे बच्चे हुंदे ने हॉस्पिटल जांदे ने उन्हां नूं पता है कि हॉस्पिटल च किन्नी अच्छी ओह केयर करदे ने। सी किड्स वाले बहुत ज्यादा ओह अपना वाह तक लगांदे ने पूरा कि बच्चे नूं कोई भी प्रॉब्लम ना आवे, और पेरेंट्स नूं भी पूरी मेंटल सपोर्ट हुंदी है। सो एक ओह गल है कि फंड्स भी जे जिन्ना भी कर सकदे हो, लाइक इट्स नॉट नेसेसरी कि तुसी वड्डे फंड्स बहुत 400 500 या किन्ना करना है, 35 70 120 जिन्ने भी कर सकदे हो वो कर सकदे हो। बट ये भी है कि तुसी जे लेडीज भी कोई आना चाहती है अगे साइकिल चलाना चाहती है, मेरे पेज ते जाके एस टीम मैनु ज्वाइन कर सकदी है, जस्ट साइकिल चला लो। एंड साइकिल चलाने रविंदर जी एक होर बहुत वड्डा फायदा मैं यही दसदी हूँ कि जो तुसी साइकिल चलाते हो ना, मैं ते दुनिया भूल जानी हाँ, लाइक थोनू कुछ याद ही नहीं हुंदा कि तुसी केड़ी दुनिया जो इस टाइम, मीन्स थोड़ा 70 to 80% जेड़ा डिप्रेशन है वो खत्म हो जाता है जो तुसी साइकिल ते हुंदे हो, और तुसी नेचर दे विच साइकिल चलांदे हो स्पेशली जाके, नॉट इन द सिटी। सिटी च थोड़ा जा डेंजरस हुंदा है, थोनू हौले हौले आदत पैंदी है। बट लाइक मैं जरूर कहांगी कि जे कोई मैनू सुनदे ने ज्वाइन करना चाहते ने, मेरे लिंक ते जाके मैनू ज्वाइन कर सकते हैं। जरूरी नहीं डोनेशन, एक ब्लेसिंग्स हुंदियां ने, सपोर्ट हुंदी है। जिवें हुण तुसी मैनू कांटेक्ट किया, मेरे लिए बहुत वड्डी सपोर्ट है कि मैं लोगों नू अपना मैसेज कन्वे कर सका, एज लाइक बोन मैरो लई भी, ब्लड डोनेशन लई भी, ते फंड्स लई, ते लाइक साइकिल चैलेंज लई भी। जिवें भी लोकी कोई अगे आ सकते ओदां ही अगे आ सकते ने, ओदां ज्वाइन कर सकते ने आके। जी जी बिल्कुल, बहुत चंगा काम कर रहे हो तुसी। असी भी लोगों नू यही अपील करांगे कि वड्डी तादाद विच अग्गे आन ते साइकिल चैलेंज दा हिस्सा बनन, ताकि वड्डा अमाउंट एक फंड रेज हो सके ते जिहड़े कैंसर पेशेंट्स बच्चे ने उन्हां दी मदद हो सके। थैंक यू सो मच पीटीसी दे लई टाइम कढ़न दे लई, ते साडे वल्लों तुहानू बहुत शुभकामनावां। थैंक यू सो मच। सो हुण तक लई NRI वर्ल्ड विच बस इन्ना ही। फिलहाल सानू दिओ इजाज़त, तुसी रखो अपना ख्याल ते देश दुनिया दीआं खबरां लई बणे रहो पीटीसी दे नाल।